ਕੀ ਆ? ਰੋਟੀ ਵਾਲੇ ਨਾਮ ਕੀ ਤੇਰਾ? ਵੈਦ ਸਿੰਘ। ਕਿਹੜੀ ਜਗ੍ਹਾ ਤੋਂ ਆਇਆ? ਦਾਰੂ ਕਿੱਥੋਂ ਪੀ ਕੇ ਤੁਰਿਆ ਤੂੰ? ਬਾਗੇ ਕਿੱਥੋਂ ਪੀਤੀ ਹੈ? ਬਾਗੇ ਪੀਤੀ ਹੈ। ਕਿੰਨੀ ਦਾਰੂ ਪੀਤੀ ਤੇਰੀ? ਹੈ ਇੱਕ ਪਊਆ ਪੀਤਾ ਹੈ। ਕਹਿੰਦੀ ਇੱਕ ਪਊਆ ਪੀਤਾ ਤੇ ਪਿੱਛੇ ਕਹੀ ਬਾਗੇ ਪ੍ਰਣਾ ਇੱਕ ਪਊਆ ਪੀਤਾ। ਮੈਂ ਐਵੇਂ ਵੀ ਝੂਠ ਨਹੀਂ ਮਾਰਦਾ। ਮੈਂ ਗੋਲੀਆਂ ਖਾਨਾ ਹੈ ਠੀਕ ਹੈ ਨਾ। ਇਹ ਗੱਲ ਦੇ ਵਿੱਚ ਹੋਇਆ ਜੀ। ਮੈਂ ਗੋਲੀਆਂ ਸਿੰਘ ਜੀ। ਕਿਹੜੀ ਗੱਡੀ ਨਾਲ ਟੱਕਰ ਹੋਈ ਹੈ? ਮੇਰੀ ਆਹ ਟਰੱਕ ਪਿੱਛੇ ਖੜਾ ਜੀ। ਮੈਂ ਆ ਰਿਹਾ ਸੀ ਕੋਟਕਪੁਰੇ ਵਾਲੀ ਸਾਈਡ ਤੋਂ ਆ ਰਿਹਾ ਸੀ। ਮੇਰੇ ਕੋਲ ਸਵਿਫਟ ਗੱਡੀ ਸੀਗੀ ਜੀ। ਮੇਰਾ ਪਰਿਵਾਰ ਵਿੱਚ ਬੈਠਾ ਸੀਗਾ। ਮੈਂ ਆਪਦੀ ਸਾਈਡ 'ਤੇ 60-65 ਦੀ ਸਪੀਡ 'ਤੇ ਆ ਰਿਹਾ ਸੀਗਾ। ਇਹ ਬੰਦੇ ਦੀ ਫੁੱਲ ਦਾਰੂ ਪੀਤੀ ਆ। ਇਹ ਬੰਦੇ ਨੇ ਮੈਂ ਜਦੋਂ ਜਾ ਰਿਹਾ ਸੀ ਇਹਨੇ ਬੱਸ ਨੂੰ ਓਵਰਟੇਕ ਲਿਆ। ਘੱਟੋ ਘੱਟ 80 ਦੀ ਸਪੀਡ 'ਤੇ ਆ ਰਿਹਾ ਇਹਦੀ ਗੱਡੀ। ਫੁੱਲ ਲੋਡ ਆ, ਪਿੱਛੇ ਲੱਕੜ ਲੱਦੀ ਵੀ ਆਏ ਨੇ। ਮੈਂ ਆਪਦੀ ਗੱਡੀ ਮਤਲਬ ਚਿੱਟੀ ਪੱਟੀ ਤੋਂ, ਬਾਈਕ ਦੀ ਪੱਟੀ ਤੋਂ ਵੀ ਪਰਲੇ ਪਾਸੇ ਗੱਡੀ ਲੈ ਗਿਆ। ਜੇ ਮੈਂ ਵੀ ਇਹਦੇ ਵਰਗਾ ਹੁੰਦਾ ਇਹ ਮੇਰੇ ਉੱਤੇ ਚੜਾ ਦੇਣੀ ਸੀ ਗੱਡੀਆਂ ਨੇ। ਮੈਂ ਇੰਨੀ ਗੱਡੀ ਸਾਈਡ 'ਤੇ ਲੈ ਗਿਆ, ਫਿਰ ਵੀ ਇਹ ਮੇਰੇ ਵਾਲੇ ਪਾਸੇ ਦੀ ਮੈਨੂੰ ਰਗੜ ਕੇ ਚਲਾ ਗਿਆ ਜੀ। ਗੱਡੀ ਮੇਰੀ ਘੱਟੋ ਘੱਟ ਜੀ 1,00,000 ਰੁਪਏ ਦਾ ਨੁਕਸਾਨ ਹੋਇਆ ਜੀ। ਕਿੰਨੇ ਜੀ ਬੈਠੇ ਸੀ ਤੁਹਾਡੇ? ਅਸੀਂ 3 ਜੀ ਬੈਠੇ ਸੀ, ਇੱਕ ਮੇਰਾ ਭਰਾ ਬੈਠਾ ਸੀ, ਮੇਰੇ ਭਾਬੀ ਜੀ ਬੈਠੇ ਸੀ। ਬਚਾਅ ਹੋ ਗਿਆ ਸਰ? ਬਚਾਅ ਹੋ ਗਿਆ ਜੀ। ਕਿੱਦਾਂ ਦਾ ਇਨਸਾਫ ਕਰ ਰਹੇ? ਇਨਸਾਫ ਜੀ ਮੈਂ ਤਾਂ ਇਹ ਕਹਿੰਦਾ ਜੀ, ਦੇਖੋ ਪਹਿਲੇ ਨੰਬਰ 'ਤੇ ਤਾਂ ਇਹ ਬਿਲਕੁਲ ਇਲੀਗਲ ਆ ਰੋਡ ਦੇ ਉੱਤੇ ਬੰਦੇ ਚੱਲਦੇ ਆ। ਇਹ ਬੰਦੇ ਕੋਲ ਕੋਈ ਕਾਗਜ਼ ਨਹੀਂ ਹੈਗਾ ਗੱਡੀ ਦਾ, ਕੋਈ ਇਹਦੇ ਕੋਲ ਲਾਇਸੈਂਸ ਨਹੀਂ ਹੈਗਾ। ਦੂਜੇ ਨੰਬਰ 'ਤੇ ਇਹ ਫੁੱਲ ਡਰੰਕ ਆ ਜੀ। ਇਹ ਬੰਦੇ ਤਾਂ ਉਤਰਿਆ ਵੀ ਨਹੀਂ ਜਾ ਰਿਹਾ, ਥੱਲੇ ਪੈਰ ਵੀ ਨਹੀਂ ਲੱਗਦੇ। ਮੈਂ ਤਾਂ ਇਹ ਕਹਿੰਦਾ ਜੀ ਪਹਿਲੇ ਨੰਬਰ 'ਤੇ ਤਾਂ ਇਹਨਾਂ ਨੂੰ ਪ੍ਰਸ਼ਾਸਨ ਇਹ ਨੱਥ ਪਾਵੇ ਵੀ ਇਹੋ ਜਿਹੇ ਬੰਦਿਆਂ ਨੂੰ, ਜਿਹੜੇ ਅਨਪੜ੍ਹ ਬੰਦੇ ਆ ਬਿਲਕੁਲ ਗਵਾਰ, ਇਹਨਾਂ ਬੰਦਿਆਂ ਨੂੰ ਗੱਡੀ ਨਾ ਫੜਾਓ। ਜਿਹੜਾ ਮਾਲਕ ਵੀ ਇਹਨਾਂ ਨੂੰ ਗੱਡੀ ਇਹੋ ਜਿਹਿਆਂ ਨੂੰ ਦਿੰਦਾ, ਮਾਲਕ ਨੂੰ ਵੀ ਉਸੇ ਟਾਈਮ ਉਹਦੇ 'ਤੇ ਉਸੇ ਟਾਈਮ ਕਾਰਵਾਈ ਹੋਣੀ ਚਾਹੀਦੀ ਆ। ਅਤੇ ਲਾਸਟ 'ਤੇ ਮੈਨੂੰ ਮੇਰਾ ਇਨਸਾਫ ਮਿਲਣਾ ਚਾਹੀਦਾ। ਜਿਹੜਾ ਮੇਰਾ ਨੁਕਸਾਨ ਹੋਇਆ ਜੀ, ਮੇਰਾ ਨੁਕਸਾਨ ਭਰ ਦੇਵੇ। ਘੱਟੋ ਘੱਟ ਮੈਨੂੰ 40-45 ਮਿੰਟ ਤੋਂ ਉੱਤੇ ਸਮਾਂ ਹੋ ਗਿਆ। ਸਿਰਫ ਰੋਡ ਰਿਕਵਰੀ ਵਾਲੇ ਪਹੁੰਚੇ ਆ ਇੱਥੇ, ਅਤੇ ਮੈਂ ਥਾਣੇ ਘੱਟੋ ਘੱਟ 4-5 ਫੋਨ ਲਾ ਚੁੱਕਿਆ। ਮੈਨੂੰ ਕਿਸੇ ਬੰਦੇ ਨੇ ਕੋਈ ਨਿਆਂ ਨਹੀਂ ਦਿੱਤਾ। ਕਹਿੰਦੇ ਆ ਵੀ CM ਦੀ ਡਿਊਟੀ ਦੇ ਵਿੱਚ ਸਾਰੇ ਮੁਲਾਜ਼ਮ ਗਏ ਆ, ਥਾਣੇ 'ਚ ਮੁਲਾਜ਼ਮ ਨਹੀਂ ਹੈ। ਕੀ ਮਾਮਲਾ ਕੀ ਹੈ? ਟਰੱਕ ਇੱਥੇ ਰੁਕਿਆ ਹੋਇਆ? ਇਹ ਟਰੱਕ ਦਾ ਜੀ ਸਾਨੂੰ ਕੰਟਰੋਲ ਰੂਮ ਤੋਂ ਮੋਬਾਈਲ ਗਿਆ ਸੀਗਾ ਜੀ। ਸਾਨੂੰ ਕੰਟਰੋਲ ਰੂਮ ਤੋਂ ਆਉਂਦੀ ਹੈ ਜਿਹੜੀ ਵੀ ਕਾਲ ਆਉਂਦੀ ਹੈ ਵੀ ਫਲਾਨੀ ਥਾਂ 'ਤੇ ਐਕਸੀਡੈਂਟ ਹੋਇਆ ਸੀ, ਫਿਰ ਤੁਰੰਤ ਪਹੁੰਚਦੇ ਹਾਂ ਜੀ ਅਤੇ ਸੜਕ ਨੂੰ ਨਿਰਵਿਘਨ ਕਰਦੇ ਹਾਂ। ਜੇ ਕੋਈ ਜ਼ਖਮੀ ਹੋਵੇ ਤਾਂ ਉਹਨੂੰ ਅਸੀਂ ਫਸਟ ਏਡ ਦੇ ਕੇ ਹਸਪਤਾਲ ਪਹੁੰਚਦਾ ਕਰਦੇ ਹਾਂ। ਮੌਕੇ 'ਤੇ ਕੀ ਦੇਖਿਆ, ਕੀ ਮਾਮਲਾ ਸੀ? ਬਸ ਲੋਕ ਇਕੱਠੇ ਹੋਏ ਹੋਏ ਸੀਗੇ ਜੀ। ਡਰਾਈਵਰ ਅੰਦਰ ਬੈਠਾ, ਇਹ ਲੋਕਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਜਿਹੜੀ ਦਾਰੂ ਪੀਤੀ ਵੀ ਇਹਨਾਂ ਨੇ, ਆਈਓ ਨੂੰ ਸੱਦਿਆ ਵੀ ਆਈਓ ਆਵੇ ਇੱਥੇ ਕਾਰਵਾਈ ਕਰੇ ਬਸ। ਤੁਹਾਡੇ ਦੇਖਣ 'ਤੇ ਕੀ ਲੱਗਦਾ ਉਹ ਦਾਰੂ ਪੀਤੀ? ਨਹੀਂ ਜੀ, ਮੈਂ ਇਸ ਬਾਰੇ ਨਹੀਂ ਟਿੱਪਣੀ ਕਰਨ। ਠੀਕ ਹੈ, ਲੋਕ ਕਹਿੰਦੇ ਆ ਕਿਹਦੇ ਨਾਲ ਹੋਈ ਇਹਦੀ ਟੱਕਰ, ਕੀ ਚੀਜ਼ ਸੀ? ਆਹ ਬਾਈ ਦੀ ਕਾਰ ਆ, ਆਹ ਖੜੇ ਮਾਲਕ, ਇਹਨੇ ਸਵਿਫਟ ਕਾਰ ਹੈ। ਇਹ ਆਉਂਦੇ ਸੀ ਕੋਟਪੁਰੇ ਤੋਂ ਸਾਈਡ ਤੋਂ ਆਉਂਦੇ ਸੀ ਬਾਈ ਤੁਸੀਂ? ਇਹ ਕੋਟਪੁਰੇ ਸਾਈਡ ਤੋਂ ਆਉਂਦੇ ਸੀ, ਇਹ ਮੋਗੇ ਸਾਈਡ ਤੋਂ? ਇਹ ਮੋਗੇ ਵਾਲੇ ਆਉਂਦੇ ਸੀ। ਕਾਹਦੇ ਨਾਲ ਭਰਿਆ ਹੋਇਆ ਟਰੱਕ? ਟਰੱਕ ਲੱਕੜ ਦੇਖ ਲਓ, ਲੱਕੜ ਨਾਲ।